ਪੰਜਾਬ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਵੋਟਿੰਗ ਚੱਲ ਰਹੀ ਹੈ, ਆਖਰੀ ਚਰਨ ਹੈ। ਅਤੇ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸਵੇਰੇ 7 ਵਜੇ ਵੋਟਿੰਗ ਸਟਾਰਟ ਹੋ ਗਈ ਸੀ, 7 ਵਜੇ ਤੋਂ ਲੈ ਕੇ ਹੁਣ ਕਰੀਬ 12 ਵੱਜ ਚੁੱਕੇ ਨੇ ਅਤੇ ਲੋਕਾਂ ਵੱਲੋਂ ਜਿਹੜਾ ਹੈ ਉਹ ਵੋਟ ਪਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਅਪਡੇਟਸ ਕਿ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਹੁਣ ਤੱਕ ਕਾਫੀ ਲੋਕਾਂ ਨੇ ਵੋਟ ਪਾਈ ਹੈ, ਕਿਉਂਕਿ ਦੁਪਹਿਰੇ ਗਰਮੀ ਹੋ ਜਾਂਦੀ ਹੈ, ਧੁੱਪ ਨਿਕਲ ਆਉਂਦੀ ਹੈ, ਅਤੇ ਇਸ ਕਰਕੇ ਲੋਕ ਜਿਹੜਾ ਹੈ ਉਹ ਸਵੇਰੇ ਸਵੇਰੇ ਹੀ ਵੋਟ ਪਾ ਕੇ ਜਿਹੜਾ ਵਿਹਲੇ ਹੋਏ। ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਸਵੇਰੇ 9 ਵਜੇ ਤੱਕ ਕਰੀਬ ਜਿਹੜਾ ਹੈ, ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ 2 ਘੰਟਿਆਂ ਦੇ ਵਿੱਚ 9% ਵੋਟਿੰਗ ਜਿਹੜੀ ਆ ਹੋਈ ਸੀ। ਪਰ ਹੈਰਾਨ ਕਰਦੇ ਆਂਕੜੇ ਜਿਹੜਾ ਸਾਹਮਣੇ ਆਏ ਕਿ 11 ਵਜੇ ਤੱਕ 22% ਵੋਟਿੰਗ ਜਿਹੜੀ ਕੰਪਲੀਟ ਹੋ ਚੁੱਕੀ ਹੈ ਲੁਧਿਆਣਾ ਦੇ ਵਿੱਚ, ਜਿਹੜਾ ਬਹੁਤ ਵੱਡੀ ਇੱਕ ਜਿਹੜੀ ਚੇਂਜ ਆਇਆ। ਹੁਣ ਅਵੇਅਰਨੈਸ ਆਈ ਹੈ ਕਿ ਲੋਕ ਵੋਟ ਪਾਉਣ ਵਾਸਤੇ ਆਪਣੇ ਘਰਾਂ ਤੋਂ ਨਿਕਲ ਰਹੇ ਨੇ। ਸਵੇਰੇ ਸਵੇਰੇ ਹੀ ਜਿਹੜਾ ਹੈ ਉਹ ਵੋਟਿੰਗ ਬੂਥ ਦੇ ਵਿੱਚ ਪਹੁੰਚੇ ਹੋਏ ਸੀ ਅਤੇ ਉੱਥੇ ਆ ਕੇ ਆਪਣੇ ਉਹਨਾਂ ਨੇ ਮਤਦਾਨ ਕੀਤਾ ਹੈ। ਇਸੇ ਦੇ ਨਾਲ ਹੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਲੋਕ ਉਹ ਵੋਟਾਂ ਪਾਉਣ ਵਾਸਤੇ ਅੱਗੇ ਆ ਰਹੇ ਨੇ। ਆਲ ਓਵਰ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਨੂੰ ਆਂਕੜੇ ਦੱਸ ਦਿੰਦੇ ਹਾਂ, ਹੈਰਾਨ ਕਰਨ ਵਾਲੇ ਆਂਕੜੇ ਨੇ, ਕਿਉਂਕਿ ਕਾਫੀ ਥਾਵਾਂ 'ਤੇ ਜਿਹੜਾ ਲੋਕ ਨੇ ਉਹ ਬਹੁਤ ਜਲਦੀ ਵੋਟ ਪਾ ਕੇ ਵਿਹਲੇ ਹੋ ਗਏ ਅਤੇ ਬਹੁਤ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਕਿ ਲੋਕ ਹਜੇ ਵੀ ਘਰਾਂ 'ਚ ਹੀ ਬੈਠੇ ਨੇ। ਬਠਿੰਡੇ ਦੀ ਗੱਲ ਕਰੀਏ, ਪਹਿਲੇ ਨੰਬਰ 'ਤੇ ਬਠਿੰਡਾ, 26% ਵੋਟਿੰਗ ਜਿਹੜੀ ਹੈ ਉੱਥੇ ਕੰਪਲੀਟ ਹੋ ਚੁੱਕੀ ਹੈ। ਬਠਿੰਡੇ ਦੇ ਵਿੱਚ ਜਿਹੜਾ ਲੋਕ 26% ਵੋਟਿੰਗ ਪਾ ਕੇ ਜਿਹੜਾ ਹੈ ਵਿਹਲੇ ਹੋ ਚੁੱਕੇ ਨੇ। ਦੂਜੇ ਨੰਬਰ 'ਤੇ ਸੰਗਰੂਰ ਆਉਂਦਾ, ਸੰਗਰੂਰ ਦੇ ਵਿੱਚ 26.26% ਵੋਟਿੰਗ ਜਿਹੜੀ ਕੰਪਲੀਟ ਹੋਈ ਹੈ। ਸਭ ਤੋਂ ਲਾਸਟ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸਭ ਤੋਂ ਅਖੀਰ 'ਤੇ ਆਉਂਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਸਿਰਫ 20% ਲੋਕਾਂ ਨੇ ਹੀ ਵੋਟ ਪਾਈ ਆ ਹਜੇ ਤੱਕ। ਤਾਂ ਸਾਡੀ ਅਪੀਲ ਹੈ ਕਿ ਤੁਸੀਂ ਆਪਣੇ ਘਰਾਂ 'ਚੋਂ ਨਿਕਲੋ, ਵੋਟ ਜ਼ਰੂਰ ਪਾਉਣ ਜਾਓ। ਲੁਧਿਆਣੇ ਦੀ ਗੱਲ ਕਰੀਏ ਤਾਂ ਸਵੇਰੇ 9 ਵਜੇ ਤੱਕ ਜਿਹੜਾ ਹੈ ਉਹ 9% ਵੋਟਿੰਗ ਕੰਪਲੀਟ ਹੋ ਗਈ ਸੀ ਅਤੇ 11 ਵਜੇ ਤੱਕ ਜਿਹੜਾ ਉਹ 22% ਵੋਟਿੰਗ ਕੰਪਲੀਟ ਹੋ ਚੁੱਕੀ ਹੈ। ਤਾਂ ਲੋਕ ਜਿਹੜਾ ਹੈ ਉਹ ਅਵੇਅਰ ਹੋ ਰਹੇ ਨੇ ਹੌਲੀ ਹੌਲੀ। ਤੁਹਾਨੂੰ ਵੀ ਅਪੀਲ ਹੈ ਜੇ ਤੁਸੀਂ ਅਜੇ ਘਰਾਂ 'ਚ ਹੀ ਹੋ ਤਾਂ ਨਿਕਲ ਕੇ ਵੋਟ ਜ਼ਰੂਰ ਪਾਉਣ ਜਾਓ। ਇਸੇ ਦੇ ਨਾਲ ਹੀ ਹੋਰ ਤਸਵੀਰਾਂ ਸਾਹਮਣੇ ਕਈ ਆਉਂਦੀਆਂ ਨੇ ਜਿੱਥੇ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਉਣੀ ਹੈ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਪੋਲਿੰਗ ਬੂਥ ਦੇ ਉੱਪਰ ਸਪੈਸ਼ਲ ਰਿਵਾਰਡ ਰੱਖੇ ਹੋਏ ਨੇ। ਜਿਹੜੇ ਪਹਿਲੀ ਵਾਰੀ ਵੋਟ ਪਾਉਣ ਜਾਂਦੇ ਨੇ ਉਹਨਾਂ ਨੂੰ ਗੁਲਾਬ ਦਾ ਫੁੱਲ ਦਿੱਤਾ ਜਾ ਰਿਹਾ, ਕਿਸੇ ਥਾਂ 'ਤੇ ਕੋਈ ਹੋਰ ਸਰਟੀਫਿਕੇਟ ਦਿੱਤਾ ਜਾ ਰਿਹਾ ਉਹਨਾਂ ਨੂੰ। ਇਸੇ ਦੇ ਨਾਲ ਹੀ ਬਹੁਤ ਇਹੋ ਜਿਹੇ ਬਜ਼ੁਰਗ ਨੇ ਜਿਹੜੇ ਕਿ ਵੀਲਚੇਅਰ ਦੇ ਉੱਪਰ ਬੈਠ ਕੇ ਜਿਹੜਾ ਵੋਟਿੰਗ ਪਾਉਣ ਆਏ ਨੇ ਅਤੇ ਉਹਨਾਂ ਵਾਸਤੇ ਵੀ ਖਾਸ ਪ੍ਰਬੰਧ ਬੂਥ 'ਤੇ ਕੀਤੇ ਹੋਏ ਨੇ। ਜੇ ਗੱਲ ਕੀਤੀ ਜਾਵੇ ਵੋਟਿੰਗ ਦੇ ਉੱਪਰ, ਉੱਥੇ ਜਿਹੜੇ ਲੋਕ ਜਾ ਰਹੇ ਨੇ ਗਰਮੀ ਕਰਕੇ ਪਰੇਸ਼ਾਨ ਨਾ ਹੋਣ, ਇਸ ਕਰਕੇ ਸ਼ੈੱਡ ਦਾ ਵੀ ਪ੍ਰਬੰਧ ਹੈ ਉੱਥੇ ਪੀਣ ਵਾਸਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ। ਤਾਂ ਕਾਫੀ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਸੀ ਪਹਿਲਾਂ ਉਹਨਾਂ ਦਾ ਹੱਲ ਇਸ ਵਾਰ ਕੀਤਾ ਹੋਇਆ। ਇੱਕ ਹੋਰ ਫੈਸਿਲਿਟੀ ਜਿਹੜੀ ਤੁਹਾਨੂੰ ਮਿਲਦੀ ਹੈ ਕਿ ਇੱਕ ਵੈਬਸਾਈਟ ਹੈ ਇਲੈਕਸ਼ਨ ਕਮਿਸ਼ਨ ਦੀ, ਜਿੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜੇ ਪੋਲਿੰਗ ਬੂਥ ਦੇ ਉੱਪਰ ਕਿੰਨੀ ਕੁ ਭੀੜ ਹੈ। ਤੁਸੀਂ ਉੱਥੇ ਜਿਸ ਟਾਈਮ ਜਾਣਾ ਤੁਸੀਂ ਚੈੱਕ ਕਰਕੇ ਜਾ ਸਕਦੇ ਹੋ ਕਿ ਉਸ ਟਾਈਮ ਭੀੜ ਤਾਂ ਨਹੀਂ ਉੱਥੇ, ਤਾਂ ਤੁਹਾਨੂੰ ਘੱਟ ਟਾਈਮ ਲੱਗੇਗਾ। ਤਾਂ ਤੁਹਾਨੂੰ ਦੱਸ ਦਈਏ ਇੱਕ ਵਾਰ ਫਿਰ ਅਪਡੇਟ ਜਿਹੜੀ ਹੈ ਹੁਣ ਤੱਕ ਦੀ ਇਹ ਹੈ ਕਿ 22% ਵੋਟਿੰਗ ਹੋ ਚੁੱਕੀ ਹੈ ਲੁਧਿਆਣੇ ਦੇ ਵਿੱਚ। ਇਸ ਤੋਂ ਅਗਲੀ ਜਿਹੜੀ ਹੈ ਡਿਟੇਲਸ ਤੁਹਾਨੂੰ ਜਲਦ ਸਾਂਝੀ ਕਰਦੇ ਰਹਾਂਗੇ। ਦੇਖਦੇ ਰਹੋ ਦਾ ਸਿਟੀ ਹੈਡਲਾਈਨਸ।